ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿਸੇਵਲ ਹਸਪੀਟਲ ਵਿੱਚ ਸ਼ਰੇਆਮ ਕਈ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ, ਜਿਸ ਦੇ ਚਲਦਿਆਂ ਡਾਕਟਰਾਂ ਵਿੱਚ ਰੋਸ ਪਾਇਆ ਗਿਆ। ਉੱਥੇ ਹੀ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਹਸਪਤਾਲ ਵਿੱਚ ਇਸ ਤਰ੍ਹਾਂ ਚੱਲ ਰਹੀ ਗੁੰਡਾਗਰਦੀ ਕਾਰਨ ਡਾਕਟਰ ਵੀ ਸੁਰੱਖਿਅਤ ਨਹੀਂ ਹੈ, ਸਾਨੂੰ ਹਸਪਤਾਲ ਦੇ ਵਿੱਚ ਪੁਲਿਸ ਫੋਰਸ ਦੀ ਲੋੜ ਹੈ, ਜੇਕਰ ਇੱਥੇ ਪੁਲਿਸ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਉੱਥੇ ਹੀ ਪੁਲਿਸ ਵੱਲੋਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇੱਕ ਮਨਪ੍ਰੀਤ ਸਿੰਘ ਹੈ, ਸਰਫਰਜੀਤ ਸਿੰਘ ਵਾਸੀ ਬੀਮਸਾ, ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਬਣਾ ਕੇ ਇਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ੍ਹ ਦੱਸਿਆ ਕਿ ਮੈਂ ਨਰਸ ਹਾਂ, ਸਿਵਲ ਹਸਪਤਾਲ ਲੱਗੀ ਹੋਈ ਆ, ਤੂੰ ਇੱਥੇ ਆ ਕੇ ਮੈਨੂੰ ਮਿਲ। ਅਤੇ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅੰਬੇਦਕਰ ਸਾਹਿਬ ਦਾ ਬੁੱਤ ਲੱਗਿਆ, ਉੱਥੇ ਕਾ ਕੇ ਮਿਲਿਆ ਤਾਂ ਉਸਦੇ ਉੱਪਰ 5-7 ਅਨਨੋਨ ਬੰਦਿਆਂ ਨੇ ਅਟੈਕ ਕਰਤਾ, ਉਹਦੇ ਸਿਰ 'ਤੇ ਰੌਲਾ ਮਾਰੀਆਂ। ਇਨ ਦਾ ਮੀਨ ਟਾਈਮ ਇਹਨੇ ਆਪਣੇ ਭਰਾ ਅਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ, ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ, ਉਹ ਐਡਮਿਟ ਕਰਾਇਆ ਉਹਨਾਂ ਨੇ ਇਹਨੂੰ। ਜਦੋਂ ਉਹ ਐਡਮਿਟ ਹੋ ਗਿਆ ਐਮਰਜੈਂਸੀ ਦੇ ਵਿੱਚ, ਫਿਰ ਦੁਬਾਰੇ ਉਹੀ 5-7 ਬੰਦੇ ਨੇ ਆ ਕੇ ਉਹਨਾਂ 'ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ, ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫਿਰ ਸੱਟਾਂ ਲੱਗੀਆਂ ਅਤੇ ਕੁਲਵਿੰਦਰ ਸਿੰਘ ਜ਼ਿਆਦਾ ਸੀਰੀਅਸ ਸੀ, ਉਹਨੂੰ ਰੈਫਰ ਕਰਤਾ ਰਜਿੰਦਰਾ ਹਸਪਤਾਲ। ਔਰ ਜਿਹਨਾਂ ਦਾ ਨਾਂ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ, ਆਕਾਸ਼ਦੀਪ, ਸਤਨਾਮ, ਅਮਨਜੋਤ, ਕੁਲਦੀਪ, ਲਵਪ੍ਰੀਤ ਔਰ ਕਮਲਦੀਪ ਸਿੰਘ, ਜੋ ਇਹਨਾਂ ਨੇ ਕੋਈ ਪੁਰਾਣੀ ਰੰਜਿਸ਼ ਦੇ ਤਹਿਤ ਇਹ ਸਾਰਾ ਪਲੈਨ ਕਰਕੇ, ਸਾਜਿਸ਼ ਕਰਕੇ ਬੰਦਿਆਂ 'ਤੇ ਅਟੈਕ ਕੀਤਾ, ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ। ਸਰਕਾਰੀ ਹਸਪਤਾਲ ਜੇ ਵਿੱਚ ਜਿਹੜੇ ਇਹੋ ਜਿਹੇ ਐਲੀਮੈਂਟਸ ਆਉਂਦੇ ਨੇ, ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ। ਜੇ ਕੋਈ ਪੁਲਿਸ ਫੋਰਸ ਹੋਵੇ, ਜੇ ਕੋਈ ਪੁਲਿਸ ਵਾਲੇ ਬਾਹਰ ਖੜ੍ਹੇ ਹੋਣ, ਤਾਂ ਇਹੋ ਜਿਹੇ ਐਲੀਮੈਂਟਸ ਅੰਦਰ ਆਉਣ ਹੀ ਨਾ, ਕਿਉਂਕਿ ਇਹਨਾਂ ਦਾ ਹੋਸਪਿਟਲ ਪ੍ਰੈਮਿਸਿਸ ਵਿੱਚ ਆਉਣ ਦਾ ਕੋਈ ਮਤਲਬ ਹੀ ਨਹੀਂ। ਔਰ ਕਿਉਂਕਿ ਇਹ ਸਭ ਕੁਝ ਬਹੁਤ ਰੈਗੂਲਰਲੀ ਹੋ ਰਿਹਾ ਹੈ, ਇਸ ਤੋਂ ਸਾਫ਼ ਪਤਾ ਲੱਗ ਰਿਹਾ ਕਿ ਜੋ ਲੋਕ ਡਿਊਟੀ ਕਰ ਰਹੇ ਨੇ ਉਹ ਕਿਸ ਹੱਦ ਤੱਕ ਇਨਸਿਕਿਓਰ ਨੇ। ਕਲਕੱਤਾ ਕਾਂਡ ਤੋਂ ਬਾਅਦ 13-14 ਕੇਸ ਇਸ ਤਰ੍ਹਾਂ ਦੇ ਪੂਰੇ ਪੰਜਾਬ 'ਚ ਹੋ ਚੁੱਕੇ ਨੇ, ਜਿਸ 'ਚ ਵਾਰ ਵਾਰ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆ ਰਹੇ ਨੇ। ਕੁਛ ਦਿਨ ਪਹਿਲਾਂ ਲੁਧਿਆਣੇ ਹੋਇਆ ਸੀ, ਪਰ ਜੋ ਕੱਲ੍ਹ ਸੰਗਰੂਰ 'ਚ ਹੋਇਆ ਉਹ ਤਾਂ ਨਵੇਂ ਮਿਆਰ ਦਾ ਸੀ, ਕਿਉਂਕਿ ਮੈਂ ਵੀ ਨਾਈਟ ਡਿਊਟੀ 'ਤੇ ਸੀ, ਮੈਂ ਸਵੇਰ ਨੂੰ ਅਟੈਂਡ ਕਰ ਰਿਹਾ ਸੀ। ਜਦੋਂ ਮੈਨੂੰ ਡਾਕਟਰ ਕਪਿਲ ਜੋ ਔਨ ਡਿਊਟੀ ਸੀ ਉਹਨਾਂ ਨੂੰ ਕਾਲ ਕੀਤੀ, ਇੱਥੇ ਲੋਕ ਹਥਿਆਰ ਲੈ ਕੇ ਵੜੇ ਸੀ, ਤਲਵਾਰਾਂ, ਗੰਡਾਸੇ, ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਕੋਈ ਐਕਸ਼ਨ ਮੂਵੀ ਦਾ ਸੀਨ ਹੋਵੇ। ਅਤੇ ਜਿਹੜਾ ਸਾਡਾ ਸਟਾਫ ਸੀ ਉਹ ਇੰਨਾ ਡਰਿਆ ਹੋਇਆ ਸੀਗਾ ਕਿ ਉਹਨਾਂ ਚਿਹਰੇ ਤੋਂ ਲੱਗ ਰਿਹਾ ਸੀ ਉਹ ਕੰਮ ਨਹੀਂ ਕਰ ਸਕਦੇ ਦੁਬਾਰਾ। ਜਿਹੜੀ ਸਾਡੀ ਫੀਮੇਲ ਸਟਾਫ ਸੀ ਔਨ ਡਿਊਟੀ, ਨਵਦੀਪ ਸਿਸਟਰ ਸੀ, ਕਾਫੀ ਸੀਨੀਅਰ ਨੇ, ਉਹਨਾਂ ਦੇ ਪਸੀਨੇ ਛੋਟੇ ਹੋਏ ਸੀ। ਚਲੋ ਇਹ ਸ਼ੁਕਰ ਹੈ ਵੀ ਪੀ ਸੀ ਆਰ ਨੂੰ ਅਸੀਂ ਫੋਨ ਕੀਤਾ, ਆ ਗਈ ਐਸ ਐਚ ਓ ਸਾਹਿਬ, ਜਲਦੀ ਆ ਗਏ, ਕੰਮ ਥੋੜ੍ਹਾ ਕੰਟਰੋਲ 'ਚ ਹੋ ਗਿਆ। ਔਰ ਉਹ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਉਹ ਫਿਰ ਬੰਦੇ ਆਏ, 3-4 ਵਜੇ ਤੱਕ ਰਾਤ ਨੂੰ ਇਹੀ ਕੁਛ ਚੱਲਦਾ ਰਿਹਾ। ਕਿਤੇ ਨਾ ਕਿਤੇ ਇੰਨਾ ਸਵਾਲੀ ਨਿਸ਼ਾਨ ਖੜ੍ਹਾ ਕਰ ਦਿੰਦਾ ਵੀ ਇੰਨੇ ਹਾਦਸੇ ਹੋ ਰਹੇ ਨੇ, ਵੀ ਕੀ ਸਰਕਾਰ ਹੁਣ ਕੋਈ ਹੋਰ ਵੱਡਾ ਹਾਦਸਾ ਉਡੀਕ ਰਹੀ ਹੈ।